ਸ਼ਟਰ ਨਾ ਟੁੱਟਿਆ ਤਾਂ ਕੰਧ 'ਚ ਲਾਤਾ ਪਾੜ, ਚੋਰਾਂ ਨੇ ਰਾਜੇ ਤੋਂ ਰੰਕ ਬਣਾਇਆ ਸੁਨਿਆਰਾ। ਤਸਵੀਰਾਂ ਦਿਖਾ ਰਹੇ ਅੰਮ੍ਰਿਤਸਰ ਦੇ ਮਜੀਠਾ ਰੋਡ ਦੀਆਂ, ਜਿੱਥੇ ਇੱਕ ਜਵੈਲਰਸ ਦੀ ਦੁਕਾਨ ਦੇ ਵਿੱਚ ਚੋਰ ਵੜ ਗਏ ਨੇ। ਜੀ ਹਾਂ, 25 ਲੱਖ ਦੇ ਕਰੀਬ ਗਹਿਣੇ ਲੈ ਕੇ ਫਰਾਰ ਹੋ ਗਏ ਨੇ, ਕੈਸ਼ ਵੀ ਵਿੱਚੇ ਲੈ ਕੇ ਫਰਾਰ ਹੋ ਗਏ ਨੇ ਚੋਰ। ਦੇਰ ਰਾਤ ਪਹਿਲਾਂ ਤਾਂ ਸ਼ਟਰ ਤੋੜਨ ਦੀ ਕੋਸ਼ਿਸ਼ ਕਰਦੇ ਨੇ ਚੋਰ, ਪਰ ਜਦ ਸ਼ਟਰ ਨਹੀਂ ਟੁੱਟਦਾ ਤਾਂ ਸੁਨਿਆਰੇ ਦੇ ਨਾਲ ਦੀ ਕੰਧ 'ਤੇ ਪਾੜ ਲਾਉਂਦੇ ਨੇ। ਉਸੇ ਪਾੜ ਦੇ ਵਿੱਚੋਂ ਅੰਦਰ ਦਾਖਲ ਹੋ ਕੇ ਸ਼ੀਸ਼ੇ ਭੰਨ ਕੇ ਸਾਰਾ ਸਮਾਨ, ਸਾਰੇ ਗਹਿਣੇ ਚੋਰੀ ਕਰਕੇ ਲੈ ਜਾਂਦੇ ਨੇ ਚੋਰ। ਦੁਕਾਨਦਾਰ ਨੂੰ, ਜੋ ਕਿ ਸੁਨਿਆਰਾ ਹੈ, ਉਸ ਨੂੰ ਚੋਰੀ ਦਾ ਉਸ ਵੇਲੇ ਪਤਾ ਚੱਲਿਆ ਜਦੋਂ ਸਵੇਰੇ ਆਪਣੀ ਦੁਕਾਨ 'ਤੇ ਆਉਂਦਾ ਹੈ। ਜਿਵੇਂ ਹੀ ਦੁਕਾਨਦਾਰ ਦੁਕਾਨ 'ਤੇ ਪਹੁੰਚਿਆ, ਦੁਕਾਨ ਦੀ ਕੰਧ ਟੁੱਟੀ ਪਈ ਸੀ, ਅੰਦਰ ਦੀ ਦੁਕਾਨ ਸ਼ੀਸ਼ੇ ਜਿਹੜੇ ਸੀ ਉਹ ਸਾਰੇ ਟੁੱਟੇ ਪਏ ਸੀ, ਫਰਸ਼ 'ਤੇ ਕੱਚ ਹੀ ਕੱਚ ਸੀ ਅਤੇ ਗਹਿਣੇ ਗਾਇਬ। ਜਿਸ ਤੋਂ ਬਾਅਦ ਪੁਲਿਸ ਆਈ, ਪੁਲਿਸ ਹੁਣ ਆਲੇ ਦੁਆਲੇ ਦੇ CCTV ਖੰਗਾਲ ਰਹੀ ਹੈ। ਵੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਇਹ ਚੋਰ ਗ੍ਰਿਫਤਾਰ ਹੁੰਦੇ ਨੇ। ਆਓ, ਦੁਕਾਨਦਾਰ ਦਾ ਕੀ ਕਹਿਣਾ ਇਸ ਉੱਪਰ ਜਾਣਦੇ ਹਾਂ। ਅਸੀਂ ਸਵੇਰੇ ਦੁਕਾਨ 'ਤੇ ਆਏ ਹਾਂ ਅਤੇ ਸਾਨੂੰ ਪਤਾ ਲੱਗਾ ਕਿ ਚੋਰੀ ਹੋਈ ਆ। ਆ ਇੱਕ ਛੋਟਾ ਜਿਹਾ ਛੇਕ ਉਹਨਾਂ ਨੇ ਕਰਕੇ ਅਤੇ ਸਾਡੇ ਸਾਰਾ ਚਾਂਦੀ ਦਾ ਸਮਾਨ ਸੀਗਾ ਇੱਥੇ। ਘੱਟੋ ਘੱਟ 25-30 ਕਿਲੋ ਚਾਂਦੀ ਸੀਗੀ ਜਿਹੜੀ ਉਹਨਾਂ ਨੇ ਚੋਰੀ ਕੀਤੀ ਹੈ, ਅਤੇ ਗੱਲੇ 'ਚ ਪੈਸੇ ਵੀ ਸੀਗੇ 1,00,000 ਰੁਪਈਆ। ਇਸ ਗੱਲੇ 'ਚ ਅਸੀਂ 50,000 ਉਸ ਗੱਲੇ ਸੀ, ਟੋਟਲ 1.5 ਲੱਖ ਰੁਪਇਆ ਕੈਸ਼ ਸੀ ਅਤੇ ਇਹ ਸਾਰਾ ਉਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਜੀ। CCTV ਇੱਕ ਉਹਦੇ ਵਿੱਚ ਫੁਟੇਜ ਮਿਲੀ ਹੈ, ਬਾਕੀ ਉਹ DVR ਨਾਲ ਲਾ ਕੇ ਲੈ ਗਏ ਆ। ਸਰ ਕਿੰਨੇ ਕੁ ਬੰਦੇ ਸੀ ਜਿਹੜੇ? 3 ਬੰਦੇ ਆਏ ਆ ਜੀ ਫੁਟੇਜ 'ਚ। ਸਰ ਜਿਸ ਤਰ੍ਹਾਂ ਉਹਨਾਂ ਨੇ ਬਿਨਾਂ ਲੌਕ ਤੋੜੇ ਉਹਨੂੰ ਬੈਂਡ ਕਰਕੇ, ਤੇ ਲੱਗਦਾ ਨਹੀਂ ਵੀ ਕਿਤੇ ਕੋਈ ਭੇਸੀ ਬੰਦੇ ਦਾ ਕੰਮ ਹੋ ਵੀ ਸਕਦਾ ਜੀ? ਕੁਝ ਕਿਹਾ ਨਹੀਂ ਜਾ ਸਕਦਾ ਇਸ ਬਾਰੇ, ਬਾਕੀ ਅਫਸਰ ਤਫਤੀਸ਼ ਕਰਨਗੇ ਤੇ ਪਤਾ ਲੱਗੇਗਾ। ਕਿੰਨੇ ਕਿੰਨੇ ਨੁਕਸਾਨ ਹੋ ਗਏ ਟੋਟਲ? ਸਰ ਜੀ ਹੋ ਹੀ ਗਿਆ 20-25 ਲੱਖ ਰੁਪਏ ਦਾ। ਸਰ ਦਿਨ ਦਿਹਾੜੇ ਇੱਦਾਂ ਕ੍ਰਾਈਮ ਹੋਣਾ ਕਿੱਦਾਂ ਦੀ? ਦਿਨੇ ਨਹੀਂ ਜੀ ਹੋਇਆ, ਰਾਤ ਨੂੰ ਹੋਇਆ ਵਾ। ਅੱਗੇ ਤਾਂ ਅਸੀਂ ਮੈਂ ਤੁਹਾਡੇ ਮੂੰਹ ਹੀ ਸੁਣ ਰਿਹਾ, ਮੈਨੂੰ ਪਤਾ ਨਹੀਂ ਸੀਗਾ ਹੋਇਆ ਹੋਊਗਾ, ਮੈਨੂੰ ਪਤਾ ਨਹੀਂ ਇਸ ਬਾਰੇ। ਪ੍ਰਸ਼ਾਸਨ ਕੋਲ ਕੀ ਮੰਗ ਹੈ? ਪ੍ਰਸ਼ਾਸਨ ਕੋਲੋਂ ਮੰਗ ਹੈ ਜੀ ਕਿ ਸਾਨੂੰ ਮਤਲਬ ਅਫਸਰ ਦੋਸ਼ੀਆਂ ਨੂੰ ਫੜਨ ਅਤੇ ਸਾਨੂੰ ਸਾਡਾ ਸਮਾਨ ਵਾਪਸ ਦਵਾਇਆ ਜਾਵੇ। ਕੇ ਵੀ ਸ਼ੋਪ ਹੈਗੀ ਹੈ ਇੱਥੇ। ਰਾਤ ਦੀ ਕੋਈ ਜਿਹੜੀ ਹੈਗੀ ਹੈ ਰੋਬਰੀ ਹੋਈ ਹੈ, ਜਿਹੜੀ ਹੈਗੀ ਜਿਹੜੀ ਸ਼ੋਪ ਦੇ ਵਿੱਚ ਇਹਦੇ ਹੈਗੀ ਹੈ ਅਤੇ ਮੌਕੇ 'ਤੇ ਆਏ ਹਾਂ, ਬਾਕੀ ਵੈਰੀਫਾਈ ਕਰ। ਸਰ ਕੁਛ ਪਤਾ ਲੱਗਾ ਕਿੰਨਾ ਕੁ ਨੁਕਸਾਨ ਹੋਇਆ? ਸਾਰਾ ਇਹ ਜਿਹੜਾ ਹੈ ਨਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ, ਮੈਂ ਤੁਹਾਨੂੰ ਦੱਸਦਾ ਜੀ। ਇਨੀਸ਼ੀਅਲ ਸਟੇਜ ਹਜੇ ਆਏ ਹੀ ਹੈਗੇ ਆ, ਵੇਖ ਕੇ ਸਾਰਾ ਅਸੈਸ ਕਰਕੇ ਫਿਰ ਤੁਹਾਨੂੰ ਦੱਸ। ਕੋਈ ਸੀਸੀਟੀਵੀ ਕੈਮਰਾ ਆਇਆ ਸਾਹਮਣੇ? ਦੇਖੋ, ਮੈਂ ਤੁਹਾਨੂੰ ਫਿਰ ਉਹੀ ਰਿਪੀਟ ਕਰ ਰਿਹਾ ਕਿ ਮੈਂ ਕੋਈ ਐਸੀ ਡਿਟੇਲ ਆਪਣੇ ਕੇਸ ਦੀ ਸ਼ੇਅਰ ਨਹੀਂ ਕਰੂੰਗਾ ਜਿੰਨਾ ਮੇਰੀ ਜਿਹੜੇ ਕੇਸ ਨੂੰ ਖਿਆਲ। ਸਰ ਵੈਸੇ ਪਤਾ ਲੱਗਾ ਕਿੰਨੇ ਕੁ ਟਾਈਮ ਸੀ, ਕਿੰਨੇ ਕੁ ਮੁੰਡੇ ਆਏ ਥੋੜ੍ਹਾ? ਫਿਰ ਉਹੀ ਗੱਲ ਹੈਗੀ ਆ, ਇਨੀਸ਼ੀਅਲ ਸਟੇਜ ਆਇਆ, ਮੌਕਾ ਵੇਖਿਆ ਹੈਗਾ ਆ, ਤੁਹਾਨੂੰ ਬਹੁਤ ਜਲਦੀ ਇਹ ਕੇਸ ਟ੍ਰੇਸ ਕਰਕੇ ਦੱਸਾਂਗੇ। ਥੈਂਕ ਯੂ।